ਸਤਿ ਸ਼੍ਰੀ ਅਕਾਲ ਜੀ, ਮੈਂ ਗਗਨਦੀਪ ਕੌਰ, ITI ਵੁਮੈਨ ਬਰਨਾਲਾ ਵਿਖੇ ਟ੍ਰਿਪਲ ਪੀ ਸਕੀਮ ਅਧੀਨ ਟ੍ਰੇਡ ਫੈਸ਼ਨ ਟੈਕਨੋਲੋਜੀ ਪੜ੍ਹਾ ਰਹੀ ਹਾਂ। ਮੇਰਾ ਅੱਜ ਦਾ ਟੌਪਿਕ ਗਰਲਸ ਟੌਪ ਡਰਾਫਟਿੰਗ ਕਟਿੰਗ ਸਟਿਚਿੰਗ ਹੈ। ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਅਸੀਂ ਟੌਪ ਦੀ ਡਰਾਫਟਿੰਗ ਕਟਿੰਗ ਐਂਡ ਸਟਿਚਿੰਗ ਕਰ ਸਕਦੇ ਹਾਂ। ਮੈਂ ਤੁਹਾਨੂੰ ਬਹੁਤ ਹੀ ਸੌਖੇ ਅਤੇ ਸਰਲ ਤਰੀਕੇ ਨਾਲ ਟੌਪ ਦੀ ਡਰਾਫਟਿੰਗ ਕਟਿੰਗ ਐਂਡ ਸਟਿਚਿੰਗ ਕਰਨਾ ਦੱਸਾਂਗੀ। ਟੌਪ ਅਸੀਂ ਕਈ ਵੱਖ ਵੱਖ ਪ੍ਰਕਾਰ ਨਾਲ ਬਣਾ ਸਕਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਟੌਪ, ਇਸ ਉੱਪਰ ਬਟਨ ਪੱਟੀ ਨਾਲ ਇਸਨੂੰ ਬਟਨਸ ਵਗੈਰਾ ਲਗਾ ਕੇ ਡਿਜ਼ਾਈਨਰ ਤਿਆਰ ਕੀਤਾ ਗਿਆ ਹੈ। ਸਾਈਡ 'ਤੇ ਫ੍ਰਿਲ ਵੀ ਦਿੱਤੀ ਗਈ ਹੈ। ਇਸ ਤੋਂ ਬਾਅਦ ਅਗਲਾ ਟੌਪ ਦਿਖਾਉਣ ਜਾ ਰਹੀ ਹਾਂ ਤੁਹਾਨੂੰ, ਇਸ ਵਿੱਚ ਬੱਕਲ ਲਗਾਇਆ ਗਿਆ ਹੈ ਜੋ ਕਿ ਅੱਜ ਦੇ ਟਾਈਮ ਵਿੱਚ ਡਿਜ਼ਾਈਨਰ ਟੌਪ ਦਾ ਟ੍ਰੈਂਡ ਹੈ। ਖਾਸ ਕਰ ਗਰਲਸ ਡਿਜ਼ਾਈਨਰ ਟੌਪ ਇਸ ਤਰ੍ਹਾਂ ਦੇ ਵੀਅਰ ਕਰਦੀਆਂ ਹਨ। ਇਸ ਤੋਂ ਬਾਅਦ ਅਸੀਂ ਟੌਪ ਦੇ ਉੱਪਰ ਬਟਨਸ ਦੇ ਨਾਲ ਨਾਲ ਪਿੰਟਕਸ ਵੀ ਪਾ ਸਕਦੇ ਹਾਂ। ਇਹ ਅਸੀਂ ਪਿੰਟਕਸ ਪਾ ਕੇ ਟੌਪ ਤਿਆਰ ਕੀਤਾ ਹੈ। ਪਿੰਟਕਸ ਨਾਲ ਫਿਟਿੰਗ ਵੀ ਵਧੀਆ ਆਉਂਦੀ ਹੈ ਅਤੇ ਟੌਪ ਡਿਜ਼ਾਈਨਰ ਵੀ ਲੱਗਦਾ ਹੈ। ਪਿੰਟਕਸ ਅਸੀਂ ਸਲੀਵ ਅਤੇ ਫਰੰਟ 'ਤੇ ਪਾ ਸਕਦੇ ਹਾਂ। ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਟੌਪ ਦੀ ਕਟਿੰਗ। ਕਟਿੰਗ ਵਾਸਤੇ ਸਾਨੂੰ ਵੱਖ ਵੱਖ ਤਰ੍ਹਾਂ ਦੇ ਟੂਲਸ ਚਾਹੀਦੇ ਹਨ, ਜਿਵੇਂ ਕਿ ਸਭ ਤੋਂ ਪਹਿਲਾਂ ਮੇਜ਼ਰਿੰਗ ਟੇਪ। ਮੇਜ਼ਰਿੰਗ ਟੇਪ ਦੀ ਸਹਾਇਤਾ ਨਾਲ ਅਸੀਂ ਨਾਪ ਲੈ ਸਕਦੇ ਹਾਂ। ਇਸ ਤੋਂ ਬਾਅਦ ਸਾਨੂੰ ਕਟਿੰਗ ਵਾਸਤੇ ਸੀਜ਼ਰ ਚਾਹੀਦੀ ਹੈ। ਨਿਸ਼ਾਨ ਅਤੇ ਮਾਰਕੇ ਲਗਾਉਣ ਲਈ ਚੌਕ। ਚੌਕ ਬਾਜ਼ਾਰ ਵਿੱਚ ਕਈ ਪ੍ਰਕਾਰ ਦੇ ਮਿਲਦੇ ਹਨ, ਪ੍ਰਕਾਰ ਮਤਲਬ ਵੱਖ ਵੱਖ ਰੰਗਾਂ ਦੇ ਚੌਕ ਅਸੀਂ ਬਾਜ਼ਾਰ 'ਚੋਂ ਖਰੀਦ ਸਕਦੇ ਹਾਂ ਅਤੇ ਕੱਪੜੇ 'ਤੇ ਆਸਾਨੀ ਨਾਲ ਨਿਸ਼ਾਨ ਲਗਾ ਸਕਦੇ ਹਾਂ। ਇਸ ਤੋਂ ਬਾਅਦ ਟੌਪ ਲਈ ਸਾਨੂੰ ਕੱਪੜਾ, ਸਾਨੂੰ ਕਿੰਨਾ ਕੱਪੜਾ ਚਾਹੀਦਾ ਹੈ, ਕੱਪੜਾ ਸਾਨੂੰ ਅਲੱਗ ਅਲੱਗ ਨਾਪ ਦੇ ਅਨੁਸਾਰ ਕੱਪੜਾ ਚਾਹੀਦਾ ਹੈ, ਜਿਵੇਂ ਕਿ ਅਸੀਂ 1 ਮੀਟਰ ਤੋਂ ਲੈ ਕੇ 4 ਮੀਟਰ ਤੱਕ, 5 ਮੀਟਰ ਤੱਕ ਟੌਪ ਤਿਆਰ ਕਰ ਸਕਦੇ ਹਾਂ। ਇਸ ਉੱਪਰ ਡੈਕੋਰੇਟਿਵ ਮਟੀਰੀਅਲ ਵੀ ਲਗਾ ਸਕਦੇ ਹਾਂ, ਜਿਵੇਂ ਕਿ ਬਟਨਸ। ਇਸ ਲਈ ਲੋੜੀਂਦਾ ਹੈ ਥਰੈਡ, ਜਿਸ ਨਾਲ ਅਸੀਂ ਸਿਲਾਈ ਕਰ ਸਕਦੇ ਹਾਂ। ਹੁਣ ਅਸੀਂ ਕਰਾਂਗੇ ਟੌਪ ਦੀ ਕਟਿੰਗ। ਇਸ ਲਈ ਲੰਬਾਈ ਸਾਨੂੰ ਚਾਹੀਦੀ ਹੈ 21। ਤਿਆਰ 20 ਵੀ ਰੱਖ ਸਕਦੇ ਹਾਂ ਅਤੇ 19 ਵੀ, 1 ਇੰਚ ਵੀ ਵੱਧ ਲੈ ਸਕਦੇ ਹਾਂ 2 ਵੀ ਫੋਲਡ ਕਰਨ ਵਾਸਤੇ। ਤੀਰਾ 6 ਇੰਚ, ਤੀਰੇ ਦਾ ਨਿਸ਼ਾਨ ਲਗਾਵਾਂਗੇ 6 ਇੰਚ, ਛਾਤੀ। ਇਸ ਤੋਂ ਬਾਅਦ ਛਾਤੀ ਹੈਗੀ 17, ਮੋਢਾ 7 ਇੰਚ, ਫਿਰ ਛਾਤੀ ਦਾ ਨਿਸ਼ਾਨ ਲਗਾਵਾਂਗੇ 17 ਇੰਚ, ਕਮਰ 16 ਇੰਚ, ਹਿੱਪ 18, ਇਸ ਤੋਂ ਬਾਅਦ ਮੋਢੇ ਦੀਆਂ ਆਪਾਂ ਗੁਲਾਈਆਂ ਪਾਵਾਂਗੇ। ਕਾਟ ਦੇ ਨਿਸ਼ਾਨ ਲਗਾਵਾਂਗੇ। ਹੁਣ ਲਗਾਵਾਂਗੇ ਫਿਟਿੰਗ ਦੇ। ਬੈਕ ਫਰੰਟ ਦੀ ਕਾਟ ਪਾਉਣ ਤੋਂ ਬਾਅਦ ਫਿਟਿੰਗ ਦੇ ਨਿਸ਼ਾਨ ਲਗਾਵਾਂਗੇ।
गला असी रखांगे फ्रंट गला 5.5 बैक गला रखांगे 3.5 3.5 भी रख सकते हैं 4 भी रख सकते हैं जिन्ना मतलब कस्टमर नू चाहिए वो किन्ना ब्रॉड गला जा डीप गला पहनना पसंद करता बैक ते फ्रंट दा। हुण इसकी कटिंग कर रहे हैं असी इस तू बाद असी बांह की कटिंग करांगे बांह की लंबाई लवांगे 15 इंच तैयार 17 लवांगे 15 इंच तैयार रखांगे 1/2 इंच मोढ़े की सिलाई विच आ जाएगी। इस तू बाद मूरी लवांगे 5 इंच बांह असी कई तरीकों नाल तैयार कर सकते हाँ अलग अलग डिजाइन दी मौसम दे अनुसार बांह खुली पीड़ी जान स्लीवलैस भी बना सकते हाँ अगर फुल बाजू नहीं पानी चाहते तो हाफ स्लीव भी असी बना सकते हाँ स्लीवलैस भी बना सकते हाँ टॉप हर उम्र विच पहने जाने वाला वस्त्र है ए छोटी लड़कियां तो लैके वड्डे उम्र दे लेडीज इस नूं पहनदियां हन एह पैंट स्कर्ट अते पजामे नाल पहनिया जान वाला वस्त्र है। साडा टॉप रेडी है जी बटनस वगैरह लगा के ए लाइन टॉप रेडी हो चुका है। धन्यवाद जी।